ਹੈਲੋ ਦੋਸਤੋ ਜੋ ਵਿਦਿਆਰਥੀ ਗੁਰਨਾਨ ਦੇਵ ਯੂਨੀਵਰਸਿਟੀ ਅੰਦਰ ਸਟੱਡੀ ਕਰਦੇ ਨੇ ਰੈਗੂਲਰ ਜਾਂ ਪ੍ਰਾਈਵੇਟ ਉਹਨਾਂ ਦੇ ਪੇਪਰ ਆਨਲਾਈਨ ਹੋ ਰਹੇ ਨੇ ਇਹਦੇ ਬਾਰੇ ਤਾਂ ਸਾਰਿਆਂ ਨੂੰ ਪਤਾ ਬਾਜੀ ਤੇ ਉਹਨਾਂ ਨਾਲ ਸੰਬੰਧਿਤ ਕੁਝ ਹਦਾਇਤਾਂ ਦਿੱਤੀਆਂ ਗਈਆਂ ਨੇ ਗੁਰਨਾਨ ਦੇਵ ਯੂਨੀਵਰਸਿਟੀ ਵੱਲੋਂ ਤੇ ਕਿੱਦਾਂ ਤੁਸੀਂ ਹਦਾਇਤਾਂ ਦਾ ਇਹ PDF ਡਾਊਨਲੋਡ ਕਰ ਸਕਦੇ ਹੋ ਵੈਸੇ ਸਾਰੇ ਟੈਲੀਗ੍ਰam ਗਰੁੱਪ ਤੇ ਮਿਲ ਜਾਊਗਾ ਤੁਹਾਨੂੰ ਤੇ ਤੁਸੀਂ ਆਪ ਵੀ ਇਹਨਾਂ ਦੀ ਸਾਈਟ ਤੇ ਜਾ ਕੇ ਦੇਖ ਸਕਦੇ ਹੋ ਕਿੱਦਾਂ ਦੇਖ ਸਕਦੇ ਹੋ ਰਿਗਾਰਡਿੰਗ ਮੈਂ ਬਾਅਦ ਦੱਸਾਂਗਾ ਅਗਿਰ ਤੇ ਪਹਿਲਾਂ ਕੀ ਕੀ ਹਦਾਇਤਾਂ ਤੁਹਾਨੂੰ ਦੱਸਿਆ ਨੇ ਉਹਨਾਂ ਬਾਰੇ ਗੱਲ ਕਰਾਂਗੇ ਜੀ ਬਾਕੀ ਪਹਿਲਾਂ ਇਹ ਗੱਲ ਦੱਸਾਂ ਕਿ ਜਿਹੜੀ ਤੁਸੀਂ ਸ਼ੀਟਾਂ ਵਗੈਰਾ ਲੈਣੀਆਂ ਤੁਸੀਂ ਆਪ ਲੈਣੀਆਂ ਜੀ ਆਹ ਇੱਕ ਟਾਈਟਲ ਪੇਜ ਪ੍ਰਿੰਟ ਕਰਾਉਣਾ ਵਾ ਤਾਂ ਸ਼ੀਟਾਂ ਜੀ ਹੈਗੀਆਂ ਵਾ ਤੇ ਉੱਤੇ ਨੰਬਰ ਮੈਂਸ਼ਨ ਹੈ ਤੇ ਇਹ ਤੁਹਾਨੂੰ ਇਹ ਬੁੱਕ ਜਿਹੜੀ ਬੁੱਕ ਸ਼ਾਪ ਵਗੈਰਾ ਹੋਊਗੀ ਉੱਥੇ ਮਿਲ ਜੂ ਜਾਂ ਨਹੀਂ ਤਾਂ ਤੁਸੀਂ ਪ੍ਰਿੰਟ ਕਰਾ ਸਕਦੇ ਹੋ ਪੀਡੀਐਫ ਤੋਂ ਹੀ ਤਾਂ ਆਹ ਪੀਡੀਐਫ ਤੁਸੀਂ ਮਿਲ ਗਈ ਟਾਈਟਲ ਪੇਜ ਭਰਨਾ ਵਾ ਬਾਕੀ ਮਹਦਾਇਤ ਹੰਦਾਂ ਨੂੰ ਪਹਿਲਾਂ ਬਾਅਦ ਦੱਸਾਂਗਾ ਪਹਿਲਾਂ ਜਿਹੜੀ ਮੇਨ ਗੱਲ ਉਹ ਤੁਹਾਨੂੰ ਦੱਸਦਾ ਮੈਂ ਆਹ ਸੈਕਸ਼ਨ A ਤੁਸੀਂ ਪਹਿਲਾਂ ਇਕੱਲਾ ਭਰਨਾ B ਜਾਂ C ਕੁਝ ਨਹੀਂ ਭਰਨਾ ਜੀ ਤੇ A4 ਸ਼ੀਟ ਵਰਤਣੀਆਂ ਨੇ ਤੇ ਜਿਹੜੀਆਂ ਟਾਈਟਲ ਪੇਜ ਇਨਕਲੂਡ ਕਰਕੇ ਤੁਹਾਡੇ 26 ਤੋਂ ਪੇਜ ਵਧਣ ਨਹੀਂ ਚਾਹੀਦੇ ਮਤਲਬ ਕਿ ਤੁਸੀਂ ਪੰਜੀ ਪੇਜ ਤੇ ਹੀ ਲਿਖ ਸਕਦੇ ਹੋ ਜੀ ਤੇ ਜਿਹੜਾ ਪੇ ਪੇ ਦੇ ਕੇ ਪਾਸੇ ਏਖਣਾ ਬੈਕਸਾਈਡ ਨਹੀਂ ਲਿਖਣਾ ਜੀ ਨਹੀਂ ਲਿਖਣਾ ਇੱਕੋ ਅਗਲੇ ਸਾਈਡ ਹੀ ਲਿਖਣਾ ਸਾਰਿਆਂ ਨੇ ਤੇ ਸਕੈਨ ਕਰਕੇ ਸਿੰਗਲ ਪੀਡੀਐਫ ਇੱਕੋ ਪੀਡੀਐਫ ਦੇ ਵਿੱਚ ਤੁਸੀਂ ਮਤਲਬ ਕਿ ਜਿਹੜੀ ਭੇਜਣੀ ਹੈ ਮੇਲ ਇਹ ਨਹੀਂ ਕਿ ਇੱਕ ਪੇਜ ਦੀ ਵੱਖ-ਵੱਖ ਹੋਵੇ ਸਾਰੇ ਮਤਲਬ ਕਿ ਪੇਜਾਂ ਦੀ ਇੱਕੋ ਪੀਡੀਐਫ ਹੋਵੇ ਲੜੀਵਾਰ ਇਹ ਗੱਲ ਤੇ ਹਾਂ ਰੱਖਣਾ ਜੀ ਐਗਜ਼ਾਮ ਕੋਡ ਦੇ ਸਬਜੈਕਟ ਕੋਡ ਦੇ ਨਾਲ ਕੁਐਸਚਨ ਪੇਪਰ ਤੇ ਮਿਲ ਜੂਗਾ ਜਦੋਂ ਤੁਹਾਡਾ ਪੇਪਰ ਹੋਊਗਾ ਜੀ ਸਬਜੈਕਟ ਸਬਜੈਕਟ ਕਿਹੜਾ ਪੇਪਰ ਹੋਊਗਾ ਇਹ ਵੀ ਤੁਹਾਨੂੰ ਉੱਥੇ ਮਿਲ ਜੂਗਾ ਇਹ ਵੈਸੇ ਤੁਹਾਨੂੰ ਪਤਾ ਹੋਊਗਾ ਡੇਟ ਸ਼ੀਟ ਤੇ ਕਿਹੜਾ ਪੇਪਰ ਹੈ ਜੀ ਕਿੰਨੀ ਤਰੀਕ ਆ ਅੱਗੇ ਕਿਹੜੀ ਸ਼ਿਫਟ ਵਿੱਚ ਤੁਹਾਡਾ ਪੇਪਰ ਹੋਰ ਟਿਕ ਕਰ ਦੋਗੇ ਤੇ ਕਿੰਨੀਆਂ ਸ਼ੀਟਾਂ ਦੇ ਭਰੀਆਂ ਉਹ ਲਿਖੋਗੇ ਜੀ A4 ਸ਼ੀਟ 'ਤੇ ਆਪਣਾ ਟਾਈਟਲ ਪੇਜ ਛੱਡ ਕੇ ਇਹ ਸਾਈਡ ਤੇ ਰੋਲ ਨੰਬਰ ਲਿਖਣਾ ਜੀ ਫਿਗਰ ਦੇ ਵਰਡ ਦੇ ਵਿੱਚ ਠੀਕ ਜੀ ਸਟੂਡੈਂਟ ਆਈਡੀ ਸਟੂਡੈਂਟ ਨੇਮ ਆਪਣਾ ਲਿਖਣਾ ਕਲਾਸ ਰਿਕਣੀ ਆ ਜੀ ਤੇ ਆਪਣੀ ਮੇਲ ਕਾਲਜ ਦਾ ਨੇਮ ਜਿਸ ਦਾ ਪੇਪਰ ਹੋ ਰਿਹਾ ਜੀ ਭਾਵੇਂ ਪ੍ਰਾਈਵੇਟ ਭਾਵੇਂ ਰੈਗੂਲਰ ਜਾਂ ਰਿਪੇਅਰ ਵਾਲੇ ਨੇ ਤੇ ਸਟੂਡੈਂਟ ਸਿਗਨੇਚਰ ਕਰ ਦੇਣੇ ਆ ਸਿਰਫ ਇਹ ਸੈਕਸ਼ਨ ਭਰਨਾ ਤੁਸੀਂ ਠੀਕ ਆ ਜੀ ਤੇ ਬਾਕੀ ਕਿਹੜੀਆਂ ਸਹਾਇਤਾ ਦੱਸੇਗੇ ਇਹਨਾਂ ਸਟੂਡੈਂਟ ਨਾਲ ਸੰਬੰਧਿਤ ਪਹਿਲਾਂ ਉੱਪਰ ਪ੍ਰਿੰਸੀਪਲ ਨਾਲ ਸੰਬੰਧਿਤ ਆ ਜੀ ਉਹ ਤਾਂ ਉਹਨਾਂ ਨਾਲ ਸੰਬੰਧਿਤ ਆ ਜੀ ਪ੍ਰਿੰਸੀਪਲ ਨਾਲ ਸੰਬੰਧਿਤ ਤੁਹਾਡੇ ਨਾਲ ਨਹੀਂ ਆ ਜੀ ਇਹ ਤੁਸੀਂ ਰੱਖਣਾ ਬਾਕੀ ਆ ਗਈ ਬੀਐਡ ਦੇ ਵੀ ਪੇਪਰ ਤੁਹਾਡੇ ਹੋ ਰਹੇ ਨੇ ਦੂਜੇ ਸਮੈਟਰ ਦੇ ਤੁਹਾਨੂੰ ਤਹੀ ਧਿਆਨ ਰੱਖਣੀ ਗੱਲ ਜੀ ਉਹਨਾਂ ਨਾਲ ਸੰਬੰਧਿਤ ਵੀ ਹੈਗੇ ਆ ਸਹਾਇਤਾ ਵਗੈਰਾ ਪਹਿਲੀ ਗੱਲ ਇਹ ਦੱਸੀ ਗਈ ਆ ਕਿ ਜੇ ਤੁਹਾਡੀ ਕੋਈ ਮੇਲ ਵਗੈਰਾ ਨਹੀਂ ਪਹੁੰਚਦੀ ਕੋਈ ਫੇਲਿਅਰ ਹੋ ਜਾਂਦਾ ਕੋਈ ਗੱਲਬਾਤ ਹੁੰਦੀ ਆ ਤਾਂ ਤੁਸੀਂ ਉਹ ਕਾਲਜ ਨਾਲ ਸੰਪਰਕ ਕਰਕੇ ਰੱਖਣਾ ਜਿਹੜਾ ਉਹਦੇ ਸੈਂਟਰ ਨੇਮ ਆ ਤੁਹਾਡੇ ਐਡਮਿਟ ਕਾਰਡ ਤੇ ਤੇ ਫਿਰ ਨਹੀਂ ਤਾਂ ਤੁਸੀਂ ਵਟਸਐਪ ਕਰ ਸਕਦੇ ਹੋ ਜੇ ਤੁਹਾਡੀ ਮੇਲ ਵਗੈਰਾ ਨਹੀਂ ਹੋ ਰਹੀ ਠੀਕ ਆ ਜੀ ਤੇ ਬਾਕੀ ਆ ਕੀ ਤੁਹਾਨੂੰ 15 ਮਿੰਟ ਦਿੱਤੇ ਜਾਣ ਇਹ 15 ਮਿੰਟ ਪਹਿਲਾਂ ਇਹ ਕੁਐਸਚਨ ਪੇਪਰ ਮਿਲ ਜੂਗਾ ਜੀ ਤੁਹਾਨੂੰ ਈਮੇਲ ਆਈਡੀ ਤੇ ਤੇ A4 ਸ਼ੀਟ ਵਰਤਣੀ ਆ ਮੈਂ 25 ਪੇਜ ਤੋਂ ਵੱਖਣੀ ਨਹੀਂ ਹੋਣੀ ਚਾਹੀਦੀਆਂ ਜੀ ਤੇ ਇਹ ਆ ਕਿ ਤੁਸੀਂ ਟਾਈਟਲ ਪੇਜ ਤੇ ਆਪਣੇ ਸਿਗਨੇਚਰ ਕਰਨੇ ਆ ਜੀ ਇਹ ਗੱਲ ਧਿਆਨ ਰੱਖਣਾ ਸਾਰਾ ਕੁਝ ਡਿਟੇਲ ਵਗੈਰਾ ਭਰਨੀ ਆ ਰੋਲ ਨੰਬਰ ਸਬਜੈਕਟ ਕੋਡ ਨੇਮ ਆ ਕਾਲਜ ਸਾਰਾ ਕੁਝ ਜੀ ਜਿਹੜਾ ਵੀ ਉਹਦੇ ਵਿੱਚ A ਸੈਕਸ਼ਨ ਦੇ ਵਿੱਚ ਲਿਖਿਆ ਹੋਆ ਤੇ 15 ਮਿੰਟ ਪਹਿਲਾਂ ਵਰਗੀ ਪੇਪਰ ਸੈਂਡ ਕੀਤਾ ਜਾਊਗਾ ਜਿਹਦੇ ਵਿੱਚ ਤੁਹਾਨੂੰ 5 ਸੈਕਸ਼ਨ ਆਉਣਗੇ ਜਿਨ੍ਹਾਂ ਵਿੱਚੋਂ ਤੁਸੀਂ ਇੱਕ ਕੁਐਸਚਨ ਸਾਰੇ ਸੈਕਸ਼ਨਾਂ ਦੇ ਵਿੱਚੋਂ ਕਰਨਾ ਜ਼ਰੂਰੀ ਆ ਤੇ ਪੰਜਵਾਂ ਕੁਐਸਚਨ ਤੁਸੀਂ ਕਿਸੇ ਵੀ ਸੈਕਸ਼ਨ ਵਿੱਚੋਂ ਕਰ ਸਕਦੇ ਹੋ ਤੇ ਚਾਰ ਸੈਕਸ਼ਨਾਂ ਦੇ ਵਿੱਚ ਤੁਹਾਨੂੰ ਕਿ ਸਵਾਲ ਲਿਖੇ ਹੋਣਗੇ 2-2 ਕਰਕੇ ਤੇ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਜਿੱਥੇ ਮਰਜ਼ੀ ਕਰ ਸਕਦੇ ਹੋ ਤੇ ਬਾਕੀ 3 ਘੰਟਿਆਂ ਦਾ ਟਾਈਮ ਮਿਲਣਾ ਜੀ ਪੇਪਰ ਕਰਨ ਦਾ ਤੇ 30 ਮਿੰਟ ਤੁਹਾਨੂੰ ਬਾਅਦ ਵਿੱਚ ਦਿੱਤੇ ਜਾਣਗੇ ਜੀ ਸਕੈਨ ਕਰਕੇ ਮਿਲ ਜਾਂ ਤੁਸੀਂ ਜੀਨਸ ਸਕੈਨ ਐਪ ਜਾਂ ਕੈਮ ਸਕੈਨਰ ਕਿਸੇ ਵੀ ਸਕੈਨ ਐਪ ਨਾਲ ਉਹ ਫੋਟੋ ਨਾਲ ਸਕੈਨ ਕਰਕੇ ਤੇ ਮੇਲ ਕਰ ਲੀਆਂ ਜਿਹੜੀ ਕਾਲਜ ਵਾਲੀ ਤੁਹਾਨੂੰ ਆਈਡੀ ਦਸੀ ਜਾਊਗੀ ਸਿੰਗਲ ਪੀਡੀਐਫ ਤੇ ਟੋਟਲ ਤੁਹਾਨੂੰ ਮਿਲ ਗਈ 3 ਘੰਟੇ 45 ਮਿੰਟ ਮਿਲਲੇ ਆ ਜੀ 15 ਮਿੰਟ ਪਹਿਲਾਂ ਆਉਣਾ ਜੀ ਤੁਹਾਨੂੰ ਪਤਾ ਲੱਗ ਗਿਆ ਜੀ ਪੇਪਰ 3 ਘੰਟੇ ਪੇਪਰ ਕਰਨਾ 30 ਮਿੰਟ ਤੁਹਾਨੂੰ ਦਿੱਤੇ ਜਾਣੇ ਆ ਜੀ ਸਕੈਨ ਕਰਕੇ ਭੇਜੋ ਤੁਸੀਂ ਪੇਪਰ ਜੇ ਮਾਲਾ 1 ਤੋਂ ਲੈ ਕੇ 6 ਦੇ ਵਿੱਚ ਤੁਹਾਨੂੰ ਕੋਈ ਡਿਫਿਕਲਟੀ ਆਉਂਦੀ ਆ ਕੋਈ ਹੈਗੀ ਆ ਦਿੱਕਤ ਵਗੈਰਾ ਤਾਂ ਤੁਸੀਂ ਕਾਲਜ ਨਾਲ ਗੱਲ ਕਰੋਗੇ ਜੀ ਉਸ ਨਾਲ ਜਾਂ ਉਹਨਾਂ ਨੇ ਗਰੁੱਪ ਵੜਾ ਬਣਾਇਆ ਹੋਊਗਾ ਕਾਲਜ ਵਾਲਿਆਂ ਨੇ ਤੇ ਬਾਕੀ ਇਹ ਦੱਸਿਆ ਕਿ ਜਿਹੜਾ ਤੁਸੀਂ ਪੈਨ ਵਰਤਣਾ ਜੀ ਇਹ ਨੀਲਾ ਵਰਤਣਾ ਵਾ ਜੀ ਬਲੈਕ ਨਹੀਂ ਵਰਤਣਾ ਇਹ ਗੱਲ ਨੂੰ ਧਿਆਨ ਰੱਖੋ ਤੁਸੀਂ ਇਹਨੇ ਤੇ ਜਿਹੜਾ ਸਟੂਡੈਂਟ ਆ ਜੀ ਉਹ ਆਪਣੇ ਜਿਹੜੀ ਅਨਸਰ ਸ਼ੀਟ ਸ਼ੀਟਾਂ ਜਿੰਨੀਆਂ ਹੋਵੇਗੀ ਉਹ ਤੇ ਇਹ ਸ਼ੀਟ ਮੈਂਸ਼ਨ ਕਰਨਗੇ ਇਹ ਨਹੀਂ ਕਿ ਤੁਸੀਂ ਇੱਕ ਕਰਤੀ ਬਾਅਦ ਚ ਫਿਰ 5 ਨੰਬਰ ਵਾਲੀ ਕਰਕੇ ਤੇ ਇਸ ਕਰਕੇ ਲੜੀਵਾਰ ਹੀ ਤੁਸੀਂ ਅਬ 스ਕੈਨ ਕਰਨੀ ਹੈ ਤੇ ਲੜੀਵਾਰ ਹੀ ਤੁਸੀਂ ਲਿਖਣਾ ਵਾ ਪੇਜ ਨੰਬਰ ਠੀਕ ਆ ਜੀ ਤੇ ਹਾਰਡ ਕਾਪੀ ਜੇ ਤੁਹਾਡੇ ਯੂਨੀਵਰਸਿਟੀ ਵਾਲਿਆਂ ਨੇ ਮੰਗਦੇ ਨੇ ਡਿਮਾਂਡ ਕਰਦੇ ਨੇ ਫਿਰ ਤੁਸੀਂ ਜਮਾ ਕਰਾ ਕੇ ਆਉਣੀ ਆ ਜੀ ਠੀਕ ਆ ਜਿਹੜੇ ਡਿਸੇਬਿਲਟੀ ਪਰਸਨ ਹੈ ਹੈਂਡੀਕੈਪ ਵਗੈਰਾ ਉਹਨਾਂ ਨੂੰ ਮਿਲ ਕੇ 60 ਮਿੰਟ ਦਿੱਤੇ ਜਾਣਗੇ ਐਕਸਟਰਾ ਜੀ ਕਿਉਂਕਿ ਰੂਲ ਰੈਗੂਲੇਸ਼ਨ ਦੇ ਰਿਗਾਰਡਿੰਗ ਤੇ ਉਹਨਾਂ ਨੂੰ ਜਿਹੜਾ ਕੋਈ ਵੀ ਮਿਲਦਾ ਵਾ ਸक्राइबਰ ਮਿਲ ਕੇ ਰਾਈਟਰ ਵਗੈਰਾ ਬੰਦਾ ਮਿਲਦਾ ਵਾ ਕੰਮ ਲਿਖਣ ਵਾਸਤੇ ਉਹਨਾਂ ਨੂੰ ਉਹ ਯੂਨੀਵਰਸਿਟੀ ਦੇ ਰੂਲ ਰੈਗੂਲੇਸ਼ਨ ਦੇ ਅਕੋਰਡਿੰਗ ਹੀ ਮਿਲੂਗਾ ਜੀ ਉਹ ਉਹਨਾਂ ਨਾਲ ਗੱਲ ਕਰਨੀ ਪੈਣੀ ਆ ਜੀ ਆਹ ਗੱਲ ਤੁਸੀਂ ਰੱਖਣਾ ਜੀ ਆਹ ਪੀਡੀਐਫ ਤੁਸੀਂ ਲੈ ਸਕਦੇ ਹੋ ਤੇ ਮੈਂ ਤੁਹਾਨੂੰ ਦਿਖਾ ਦੇਣਾ ਜੀ ਕਿੱਦਾਂ ਤੁਸੀਂ ਮਿਲ ਕੇ ਦੇਖ ਸਕਦੇ ਹੋ ਆਲਾ ਨੋਟੀਫਿਕੇਸ਼ਨ ਜੇ ਤੁਸੀਂ ਸਰਚ ਕਰੋਗੇ ਜੀ Google ਜਾਂ Chrome ਤੇ JNU ਤਾਂ نیچے ਤੁਹਾਨੂੰ ਨਾ ਇੰਪੋਰਟਡ ਨੋਟਿਸ ਤੇ ਆਇਆ ਨਾ ਵਾ ਉਤ ਤੋਂ ਬਾਅਦ ਤੁਹਾਡੇ ਤੋਂ ਈਦਾਂ ਨੋਟੀਫਿਕੇਸ਼ਨ ਹੋ ਜਾਨੇ ਤੇ ਤੁਸੀਂ ਇਨਫੋਰਮੇਸ਼ਨ ਡੈਸ ਸੌਰੀ ਇਨਫੋਰਮੇਸ਼ਨ ਡੈਸ ਤੇ ਕਰਕੇ ਤੇ ਐਗਜ਼ਾਮੀਨੇਸ਼ਨ ਰਿਲੇਟਡ ਇਨਫੋਰਮੇਸ਼ਨ ਡੈਸ ਤੇ ਆਇਆ ਨਾ ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ نیچے ਆ ਰਹੀ ਅਪਲੋਡ 191 ਨੂੰ ਇਹ ਨੋਟੀਫਿਕੇਸ਼ਨ ਆਇਆ ਜੀ ਤੇ ਇਹਨੂੰ ਕਲਿੱਕ ਕਰਨ ਤੋਂ ਬਾਅਦ ਤੁਸੀਂ ਪੀਡੀਐਫ ਵਿੱਚ ਲੈ ਸਕਦੇ ਹੋ ਜੀ ਤੇ ਬਾਕੀ ਕਿਸੇ ਗੱਲ ਦਾ ਨਹੀਂ ਪਤਾ ਲੱਗ ਪਤਾ ਲੱਗ ਰਿਹਾ ਜੀ ਪੁੱਛ ਸਕਦੇ ਹੋ ਬਾਕੀ ਟੈਲੀਗ੍ਰam ਦਾ ਲਿੰਕ ਇਸੇ ਵੀਡੀਓ ਦੇ ਬਾਰੇ ਚ ਤੁਹਾਨੂੰ ਮਿਲ ਜੂਗਾ